शिव के दरवेश चैनल ਵਿੱਚ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਜੀ ਆਸ ਹੈ ਤੁਸੀਂ ਸਭ ਠੀਕ ਹੋਵੋਗੇ ਅੱਜ ਦੀ ਆਪਾਂ ਇਸ ਵੀਡੀਓ ਦੇ ਵਿੱਚ ਗੱਲ ਕਰਾਂਗੇ ਕਿ ਬਹੁਤ ਸਾਰੇ ਲੋਕ ਇੱਕ ਸਵਾਲ ਕਰਦੇ ਆ ਉਹ ਸਵਾਲ ਕਰਦੇ ਨੇ ਕਿ ਇੱਕ ਜੋ ਇਨਸਾਨ ਹੈ ਆਮ ਇਨਸਾਨ ਤੇ ਇੱਕ ਫਕੀਰ ਉਹਨਾਂ ਦੋਵਾਂ ਦੇ ਵਿੱਚ ਕੀ ਫਰਕ ਹੈ ਆਖਿਰਕਾਰ ਫਕੀਰ ਵੀ ਇੱਕ ਇਨਸਾਨ ਹੈ ਉਹ ਵੀ ਇੱਕ ਵਿਅਕਤੀ ਹੀ ਹੈ ਤੇ ਫਿਰ ਆਮ ਇਨਸਾਨ ਤੇ ਫਕੀਰ ਦੇ ਵਿੱਚ ਕੀ ਫਰਕ ਹੈ ਤੇ ਨਾਲ ਹੀ ਨਾਲ ਆਪਾਂ ਉਸ ਰੋਲੇ ਦੀ ਵੀ ਗੱਲ ਕਰਾਂਗੇ ਜੋ ਫਕੀਰਾਂ ਨੂੰ ਤੇ ਆਮ ਇਨਸਾਨ ਨੂੰ ਵੱਖੋ ਵੱਖ ਕਰਦਾ ਹੈ ਅੱਜ ਦੀ ਇਸ ਵੀਡੀਓ ਦੇ ਵਿੱਚ ਤੁਹਾਨੂੰ ਬੜਾ ਕੋਈ ਸਿੱਖਣ ਨੂੰ ਵੀ ਮਿਲੇਗਾ ਤੇ ਨਾਲ ਹੀ ਨਾਲ ਤੁਸੀਂ ਉਸ ਚੀਜ਼ ਨੂੰ ਆਪਣੀ ਜ਼ਿੰਦਗੀ ਦੇ ਵਿੱਚ ਅਪਲਾਈ ਕਰ ਸਕਦੇ ਹੋ ਤੇ ਖੁਸ਼ੀਆਂ ਦੇ ਨਾਲ ਆਪਣੀ ਜ਼ਿੰਦਗੀ ਬਤੀਤ ਕਰ ਸਕਦੇ ਹੋ ਸਭ ਤੋਂ ਪਹਿਲਾਂ ਗੱਲ ਕਰ ਲੈਣੇ ਆ ਕਿ ਆਮ ਇਨਸਾਨ ਤੇ ਇੱਕ ਫਕੀਰ ਦੇ ਵਿੱਚ ਕੀ ਫਰਕ ਹੈ ਜੋ ਫਕੀਰ ਹੁੰਦਾ ਹੈ ਉਹ ਆਪਣੇ ਰੋਲੇ ਦੁਨੀਆਦਾਰਾਂ ਦੇ ਰੋਲੇ ਸਭ ਖਤਮ ਕਰਕੇ ਇੱਕ ਪਾਸੇ ਹੋ ਕੇ ਬੈਠ ਜਾਂਦਾ ਹੈ ਭਾਵੇਂ ਧਨ ਤੋਂ ਉੱਪਰ ਉੱਠ ਕੇ ਪਰਿਵਾਰਕ ਰਿਸ਼ਤਿਆਂ ਤੋਂ ਉੱਪਰ ਉੱਠ ਕੇ ਹੋਰ ਇਦਾਂ ਦੀਆਂ ਜੋ ਸਮੱਸਿਆਵਾਂ ਮਨ ਮੋਹ ਹੰਕਾਰ ਇਹ ਸਾਰੇ ਰੋਲੇ ਨਿਬੇੜ ਕੇ ਉਹ ਇੱਕ ਪਾਸੇ ਹੋ ਕੇ ਬੈਠ ਜਾਂਦਾ ਹੈ ਫਕੀਰ ਧਨ ਦੌਲਤ ਨੂੰ ਪਿੱਛੇ ਛੱਡ ਕੇ ਭਾਵਕੇ ਫਕੀਰ ਨੂੰ ਧਨ-ਦੌਲਤ ਇਕੱਠੀ ਕਰਨ ਦੀ ਨਹੀਂ ਹੁੰਦੀ ਫਕੀਰ ਨੂੰ ਪਰਿਵਾਰਕ ਰਿਸ਼ਤਿਆਂ ਦੀ ਨਹੀਂ ਹੁੰਦੀ ਫਕੀਰ ਦੇ ਵਿੱਚ ਕੋਈ ਹੰਕਾਰ ਨਹੀਂ ਹੁੰਦਾ ਫਕੀਰ ਇਹਨਾਂ ਰੌਲਿਆਂ ਤੋਂ ਉੱਪਰ ਉੱਠ ਕੇ ਬਸ ਆਪਣੇ ਮੁਰਸ਼ਿਦ ਦੀ ਬੰਦਗੀ ਦੇ ਵਿੱਚ ਇਬਾਦਤ ਦੇ ਵਿੱਚ ਹਮੇਸ਼ਾ ਲੀਰ ਰਹਿੰਦਾ ਤੇ ਹਮੇਸ਼ਾ ਆਪਣੇ ਪਰਦਾ ਕਰਨ ਦਾ ਸਮੇਂ ਦੀ ਵੇਟ ਕਰਦਾ ਰਹਿੰਦਾ ਤੇ ਆਪਣੀ ਸਾਰੀ ਜ਼ਿੰਦਗੀ ਆਪਣੇ ਮੁਰਸ਼ਿਦ ਦੇ ਨਾਮ ਦੇ ਨਾਲ ਲਾ ਦਿੰਦਾ ਤੇ ਸਾਰਾ ਆਪਣੀ ਜ਼ਿੰਦਗੀ ਖੁਸ਼ੀ ਦੇ ਨਾਲ ਬਤੀਤ ਕਰਦਾ ਹੈ ਭਾਵੇਂ ਜੋ ਫਕੀਰ ਪਰਦਾ ਕਰਨ ਤੋਂ ਪਹਿਲਾਂ ਆਪਣੇ ਸਾਰੇ ਰੋਲੇ ਨਿਬੇੜ ਕੇ ਆਪਣਾ ਸਾਰਾ ਜੀਵਨ ਪ੍ਰਮਾਤਮਾ ਦੇ ਨਾਮ ਲਾ ਦਿੰਦਾ ਹੈ ਇਸ ਤੋਂ ਉਲਟ ਬਿਲਕੁਲ ਇੱਕ ਆਮ ਇਨਸਾਨ ਆਪਣਾ ਸਾਰਾ ਜੀਵਨ ਧਨ ਦੀ ਪ੍ਰਾਪਤੀ ਲਈ ਭੱਜਦਾ ਰਹਿੰਦਾ ਆਪਣਾ ਸਾਰਾ ਜੀਵਨ ਹੀ ਧਨ ਦੀ ਪ੍ਰਾਪਤੀ ਲਈ ਭੱਜ ਭੱਜ ਕੇ ਗਵਾ ਦਿੰਦਾ ਫਿਰ ਉਸ ਕੋਲ ਜਦੋਂ ਮਾੜਾ ਮੋਟਾ ਧਨ ਆ ਜਾਂਦਾ ਹੈ ਤਾ ਫਿਰ ਮਨ ਦੇ ਵਿੱਚ ਹੰਕਾਰ ਆ ਜਾਂਦਾ ਹੈ ਫਿਰ ਉਹ ਹੰਕਾਰ ਆਪਣੇ ਨਾਲ ਨਾਲ ਲੈ ਕੇ ਫਿਰ ਵੀ ਧੰਨ ਦੀ ਪ੍ਰਾਪਤੀ ਲਈ ਭਜਦਾ ਰਹਿੰਦਾ ਹੈ ਭਾਵੇਂ ਉਹ ਜਿਉਂਦੇ ਜੀ ਧੰਨ ਤੋਂ ਉੱਪਰ ਨਹੀਂ ਉੱਠ ਸਕਦਾ ਇੱਕ ਆਮ ਆਦਮੀ ਦੇ ਸੰਸਾਰਿਕ ਰੌਲੇ ਭਾਵੇਂ ਧੰਨ ਦੀ ਪ੍ਰਾਪਤੀ ਹੰਕਾਰ ਇਹ ਕਦੋਂ ਖਤਮ ਹੁੰਦੇ ਆ ਜਦੋਂ ਉਹ ਮਰ ਜਾਂਦਾ ਹੈ ਜਦੋਂ ਉਸ ਨੂੰ ਕੋਈ ਚਾਰ ਇਨਸਾਨ ਮੋਢਿਆਂ ਤੇ ਚੱਕ ਕੇ ਅਗਨੀ ਭੇਟ ਕਰ ਦਿੰਦੇ ਆ ਫਿਰ ਉਸ ਦੇ ਸੰਸਾਰਿਕ ਰਿਸ਼ਤੇ ਖਤਮ ਹੁੰਦੇ ਆ ਇਹੀ ਫਰਕ ਹੈ ਫਕੀਰ ਦੇ ਵਿੱਚ ਤੇ ਇੱਕ ਆਦਮਾ ਆਮ ਆਦਮੀ ਦੇ ਵਿੱਚ ਫਕੀਰ ਆਪਣੇ ਸਾਰੇ ਰੋਲੇ ਪਰਦਾ ਕਰਨ ਤੋਂ ਪਹਿਲਾਂ ਖਤਮ ਕਰ ਲੈਂਦਾ ਤੇ ਕਾਮ ਆਦਮੀ ਆਪਣੇ ਸਾਰੇ ਰੋਲੇ ਮਰ ਕੇ ਖਤਮ ਕਰਦਾ ਕਨਵਰ ਗਰੇਵਾਲ ਸਾਹਿਬ ਨੇ ਵੀ ਲਿਖਿਆ ਕਿ ਜਦੋਂ ਮੋਢੇ ਲੈ ਜਾਣ ਚਾਰ ਤੇ ਰੋਲਾ ਮੁੱਕ ਜਾਂਦਾ ਜਦ ਲੋਕ ਕਹਿਣ ਬਦਕਾਰ ਤੇ ਰੋਲਾ ਮੁੱਕ ਜਾਂਦਾ ਭਾਵੇਂ ਇਨਸਾਨ ਦਾ ਰੋਲਾ ਸੰਸਾਰਿਕ ਰੋਲੇ ਉਹਦੇ ਉਹਦੇ ਹੀ ਮੁੱਕਦੇ ਨੇ ਜਦੋਂ ਉਹਨੂੰ ਚਾਰ ਜਣੇ ਲੈ ਕੇ ਮੋਢਿਆਂ ਤੇ ਲੈ ਕੇ ਚਲੇ ਜਾਂਦੇ ਨੇ ਸਾਈ ਜੀ ਨੇ ਵੀ ਆਪਣੇ ਸਾਰੇ ਰੋਲੇ ਪਰਦਾ ਕਰਨ ਤੋਂ ਪਹਿਲਾਂ ਹੀ ਮੁਕਾਲੇ ਸੀ ਸਾਈ ਜੀ ਇੱਕ ਗੱਲ ਕਹਿੰਦੇ ਹੁੰਦੇ ਸੀ ਕਿ ਜਦੋਂ ਮੈਂ ਪਰਦਾ ਕਰਾਂ ਤਾਂ ਮੇਰੇ ਪਰਦਾ ਕਰਨ ਤੋਂ ਪਹਿਲਾਂ ਮੇਰੀ ਮਾਂ ਮਰ ਜਾਵੇ ਭਾਵੇਂ ਮੇਰੇ ਵਿੱਚ ਹੰਕਾਰ ਨਾਮ ਦੀ ਕੋਈ ਚੀਜ਼ ਨਾ ਹੋਵੇ ਤੇ ਇਦਾਂ ਹੀ ਸਾਈ ਜੀ ਨੇ ਜੋ ਕਿਹਾ ਉਹ ਕੀਤਾ ਏਸੀ ਅੱਜ ਦੀ ਵੀਡੀਓ ਜੇ ਤੁਹਾਨੂੰ ਵੀਡੀਓ ਚੰਗੀ ਲੱਗੀ ਤਾਂ ਵੀਡੀਓ ਨੂੰ ਲਾਈਕ ਕਰਿਓ ਤੇ ਤੁਹਾਡਾ ਆਪਣਾ ਚੈਨਲ ਸ਼ਿਵ ਕਾ ਦਰਵੇਸ਼ ਨੂੰ ਜਰੂਰ ਸਬਸਕ੍ਰਾਈਬ ਕਰਿਓ ਤੇ ਬੈਲ ਨੋਟੀਫਿਕੇਸ਼ਨ ਜਰੂਰ ਔਨ ਕਰਿਓ ਜੀ ਤਾਂ ਜੋ ਆਉਣ ਵਾਲੀਆਂ ਵੀਡੀਓ ਤੁਹਾਨੂੰ ਸਭ ਤੋਂ ਪਹਿਲਾਂ ਮਿਲ ਸਕਣ ਜੇ ਹਜੇ ਵੀ ਤੁਹਾਡੇ ਮਨ ਦੇ ਵਿੱਚ ਇਸ ਵੀਡੀਓ ਨੂੰ ਲੈ ਕੇ ਕੋਈ ਨਾ ਕੋਈ ਕੁਐਸਚਨ ਜਰੂਰ ਹੈ ਤਾਂ ਤੁਸੀਂ نیچے ਡਿਸਕ੍ਰਿਪਸ਼ਨ ਦੇ ਵਿੱਚ ਮੈਂ ਆਪਣੀ ਵੈਬਸਾਈਟ ਦਾ ਲਿੰਕ ਦੇ ਦੂੰਗਾ ਤੁਸੀਂ ਉਸ ਲਿੰਕ ਤੇ ਜਾ ਕੇ ਉਹ ਆਰਟੀਕਲ ਨੂੰ ਪੜ੍ਹ ਸਕਦੇ ਹੋ ਤੇ ਤੁਹਾਡੇ ਮਨ ਦੇ ਵਿੱਚ ਜੋ ਵੀ ਕੋਈ ਪਰੇਸ਼ਨ ਹੋਇਆ ਉੱਥੇ ਜਰੂਰ ਕਲੀਅਰ ਹੋ ਜਾਊਗਾ ਕਿਉਂਕਿ ਉੱਥੇ ਬਹੁਤ ਡੀਪਲੀ ਲਿਖਿਆ ਹੋਇਆ ਹੈ ਕੀ ਇਸ ਦੇ ਵਿੱਚ ਕੀ ਹੁੰਦਾ ਕੀ ਨਹੀਂ ਹੁੰਦਾ ਤੇ ਜੇ ਕੋਈ ਹੋਰ ਵੀਰ ਸਾਡੇ ਨਾਲ ਸਾਈ ਜੀ ਦਾ ਕਿੱਸਾ ਸਾਂਝਾ ਕਰਨਾ ਚਾਹੁੰਦਾ ਤੇ ਸਾਨੂੰ ਇੰਸਟਾਗ੍ਰam ਤੇ ਮੈਸੇਜ ਕਰ ਸਕਦਾ ਜੀ ਇੰਸਟਾਗ੍ਰam ਦਾ ਲਿੰਕ ਮੈਂ ਡਿਸਕ੍ਰਿਪਸ਼ਨ ਦੇ ਵਿੱਚ ਦੇ ਦੂੰਗਾ ਤੁਸੀਂ ਉੱਥੇ ਜਾ ਕੇ ਮੈਸੇਜ ਕਰ ਸਕਦੇ ਹੋ ਧੰਨਵਾਦ ਬਹੁਤ ਬਹੁਤ ਧੰਨਵਾਦੀ